ਬੀਜੇਪੀ ਜਗੜਾ ਦਿੱਲੀ ਪੁਲਿਸ ਨੇ ਕਿਹਾ ਵੀ ਰਿੰਗ ਰੋਡ ਤੇ ਨਹੀਂ ਕਰ ਸਕਦੇ ਤੁਸੀਂ ਉੱਤੇ ਟ੍ਰੈਫਿਕ ਜ਼ਿਆਦਾ ਫਿਰ ਜਿੱਥੇ ਬੰਦਿਆਂ ਦਾ ਹੁਣ ਕੀ ਫੈਸਲਾ ਹੈ ਉਹ ਕਹਿ ਰਹੇ ਨੇ ਕਿ ਅਸੀਂ ਕੋਈ ਰੂਟ ਚੇਂਜ ਕਰ ਦਿੰਨੇ ਆ ਤੁਹਾਨੂੰ ਤੁਸੀਂ ਇੱਧਰ ਦੀ ਨਹੀਂ ਇਸ ਰੂਟ ਥਾਣੀ ਆ ਜਾਓ ਜਿੰਨੇ ਟਰੈਕਟਰ ਆਉਣੇ ਨੇ ਉਹ ਸਾਰੇ ਅੰਦਰ ਦਿੱਲੀ ਤੇ ਜਾ ਨਹੀਂ ਸਕਣੇ ਇਦਾਂ ਦੇ ਬਹਾਨੇ ਪੁਲਿਸ ਕਹਿ ਰਹੀ ਆ ਗਲਤ ਦਾ ਪ੍ਰਸਤਾਵ ਨੂੰ ਹਾਂ ਰੱਦ ਕਰਦਾ ਬਿਲਕੁਲ ਸਰ ਸਮਝ ਨਾ ਰੱਦ ਪੁਲਿਸ ਕਹਿ ਰਹੀ ਉੱਥੇ ਟ੍ਰੈਫਿਕ ਜ਼ਿਆਦਾ ਉੱਥੇ ਨਹੀਂ ਇਜਾਜ਼ਤ ਮਿਲ ਸਕਦੀ ਕਿਤਨ ਬੰਦ ਹੋ ਜੂ ਟ੍ਰੈਫਿਕ ਕਿਉਂ ਹੁੰਦਾਗਾ ਵੱਡੇ ਵੱਡੇ ਚੀਜ਼ਾਂ ਪ੍ਰਧਾਨ ਮੰਤਰੀ ਨਾਲ ਨਗਦਾ ਹੁੰਦਾ ਵੱਡੇ ਲੀਡਰ ਨਗਦਾ ਸਾਰੀਆਂ ਚੜਕਾਂ ਬੰਦ ਕਰ ਦਿੰਦੇ ਨੇ ਜੇ ਇੱਕ ਦਿਨ ਕਿਸਾਨ ਆਪਦੀ ਪਰੇਡ ਕਰਨਗੇ ਤਾਂ ਉੱਥੇ ਬੰਦ ਨਹੀਂ ਕਰਦੇ ਕਰ ਦੂ ਪਰੇਸ਼ਾਨੀ ਸਾਰਾ ਬੰਦ ਕਰ ਦੂ ਹੁਣੇ ਹੁਣੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ ਹੋਈ ਆ ਸਵੇਰ ਤੋਂ ਮੀਟਿੰਗ ਚੱਲ ਰਹੀ ਸੀ ਕੇਂਦਰ ਸਰਕਾਰ ਦੇ ਵੱਲੋਂ ਜੋ ਨਵਾਂ ਪ੍ਰਸਤਾਵ ਲਿਆਂਦਾ ਸੀ ਉਸ ਤੇ ਮੰਥਨ ਹੋ ਰਿਹਾ ਸੀ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਪ੍ਰਧਾਨ ਨੇ ਮਨਜੀਤ ਸਿੰਘ ਰਾਏ ਗੱਲਬਾਤ ਕਰਦੇ ਆਂ ਰਾਏ ਸਾਹਿਬ ਕੀ ਫੈਸਲਾ ਲਿਆ ਗਿਆ ਸਵੇਰ ਦਾ ਮੰਥਨ ਚੱਲ ਰਿਹਾ ਸੀ ਨਵੇਂ ਪ੍ਰਸਤਾਵ ਦੀ ਇਹ ਫੈਸਲਾ ਲਿਆ ਗਿਆ ਕਿ ਆਪਾਂ ਕਾਨੂੰਨ ਜਿਹੜੇ ਰੱਦ ਕਰਾਉਣੇ ਨੇ ਇਹ ਫਾਈਨਲ ਡਿਸੀਜਨ ਹੈ ਸਾਰਿਆਂ ਦਾ ਹੀ ਭਈ ਕਾਨੂੰਨ ਬਿਲਕੁਲ ਰਪੀਲ ਤੇ ਰੱਦ ਹੀ ਹੋਣੇ ਚਾਹੀਦੇ ਨੇ ਤੇ ਦੂਸਰੀ ਗੱਲ ਜ਼ਿਆਦਾ ਮੰਥਨ ਤਾਂ ਇਸ ਗੱਲ ਤੇ ਸੀ ਵੀ ਜਿਹੜੀ ਆਪਣੀ 26 ਤਰੀਕ ਦਾ ਮਾਰਚ ਹੈ ਸਾਡਾ ਉਹ ਕਿਵੇਂ ਹੋਣਾ ਚਾਹੀਦਾ ਉਹਦੇ ਬਾਰੇ ਸੀਗਾ ਵੀ ਕਮੇਟੀਆਂ ਬਣਾਉਣੀਆਂ ਆਪਾਂ ਸਾਰਾ ਜ਼ਿਆਦਾ ਉੱਤੇ ਸੀ ਚਰਚਾ ਇਹਦਾ ਫਾਈਨਲ ਹੋ ਗਿਆ ਸੀ ਪਹਿਲਾਂ ਹੀ ਕਿ ਤਿੰਨੋਂ ਕਾਨੂੰਨ ਰੱਦ ਕਰਾਉਣੇ ਨੇ ਇਹ ਤੋਂ ਥੱਲੇ ਕੋਈ ਗੱਲ ਨਹੀਂ 26 ਜਨਵਰੀ ਦਾ ਜਿਹੜਾ ਦਿੱਲੀ ਪੁਲਿਸ ਨੇ ਕਿਹਾ ਵੀ ਰਿੰਗ ਰੋਡ ਤੇ ਨਹੀਂ ਕਰ ਸਕਦੇ ਤੁਸੀਂ ਉੱਤੇ ਟ੍ਰੈਫਿਕ ਜ਼ਿਆਦਾ ਫਿਰ ਜਥੇਬੰਦੀਆਂ ਦਾ ਹੁਣ ਕੀ ਫੈਸਲਾ ਲਿਆ ਨਹੀਂ ਨਹੀਂ ਉਹ ਹਜੇ ਫਾਈਨਲ ਫੈਸਲਾ ਨਹੀਂ ਆਇਆ ਪੁਲਿਸ ਦਾ ਉਹ ਕਹਿ ਰਹੇ ਨੇ ਕਿ ਅਸੀਂ ਕੋਈ ਰੂਟ ਚੇਂਜ ਕਰ ਦਿੰਨੇ ਆ ਤੁਹਾਨੂੰ ਤੁਸੀਂ ਇੱਧਰ ਦੀ ਨਹੀਂ ਇਸ ਰੂਟ ਥਾਣੀ ਆ ਜਾਓ ਜਿੰਨੇ ਟਰੈਕਟਰ ਆਉਣੇ ਨੇ ਉਹ ਸਾਰੇ ਅੰਦਰ ਦਿੱਲੀ ਤੇ ਜਾ ਨਹੀਂ ਸਕਣੇ ਇਦਾਂ ਦੇ ਬਹਾਨੇ ਪੁਲਿਸ ਕਹਿ ਰਹੀ ਹੈ ਪਰ ਉਹ ਸਾਡਾ ਇੱਕੋ ਹੀ ਫੈਸਲਾ ਹੈ ਕਿ ਆਪਾਂ ਦਿੱਲੀ ਉਸੇ ਜਿਹੜਾ ਆਊਟਰ ਰਿੰਗ ਰੋਡ ਹੈ ਉੱਤੇ ਹੀ ਜਾਣਾ ਹੈਗਾ ਬਿਲਕੁਲ ਉਹ ਫਾਈਨਲ ਹੈ ਫੈਸਲਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੇ ਆ ਬਾਰਡਰ ਹੈਗੇ ਆ ਖੋਲ ਦਿਓ ਬਿਲਕੁਲ ਅਸੀਂ ਉਸ ਬਾਈਪਾਸ ਤੇ ਆਪਣਾ ਜਿਹੜੇ ਪਰੇਡ ਕਰਾਂਗੇ ਹੁਣ ਸਰਕਾਰ ਦਾ ਪ੍ਰਪੋਜ਼ਲ ਰੱਦ ਕਰ ਦਿੱਤਾ ਗਿਆ ਜਥੇਬੰਦੀਆਂ ਜੁੜ ਲੈਂਦਾ ਬਿਲਕੁਲ ਬਿਲਕੁਲ ਉਹ ਤਾਂ ਸਵੇਰੇ ਹੀ ਲਗਭਗ ਤੈਅ ਹੋ ਗਿਆ ਸੀ ਜਦੋਂ ਆਪਣੀ 4 ਵਜੇ ਮੀਟਿੰਗ ਸ਼ੁਰੂ ਹੋਈ ਹੈ ਉਸ ਵੇਲੇ ਪਹਿਲੀ ਦਫਾ ਹੀ ਉਹ ਰੱਦ ਕਰਤਾ ਸੀ ਸਾਰਿਆਂ ਨੇ ਪਹਿਲਾਂ ਪੰਜਾਬ ਦੀ ਮੀਟਿੰਗ 'ਚ ਵੀ ਰੱਦ ਹੋ ਚੁੱਕਾ ਸੀ ਤੇ ਫਿਰ ਇਹਦੇ ਵਿੱਚ ਵੀ ਉਹ ਪ੍ਰਪੋਜ਼ਲ ਜਿਹੜੀ ਰੱਦ ਹੋ ਗਈ ਸੀ ਵੀ ਇਹ ਕਾਨੂੰਨ ਤਿੰਨੋਂ ਹੀ ਰੱਦ ਕਰਾਉਣੇ ਨੇ ਹੁਣ ਨਵੀਂ ਮੀਟਿੰਗ ਜਿਹੜੀ ਕੱਲ ਨੂੰ ਹੋਣ ਜਾ ਰਹੀ ਹੈ ਉਹਦੇ ਲਈ ਕੋਈ ਨਵਾਂ ਪ੍ਰਪੋਜ਼ਲ ਬਣਾਇਆ ਜਥੇਬੰਦੀਆਂ ਨੇ ਕੀ ਹੁਣ ਉਹੀ ਗੱਲਬਾਤ ਰਹੇਗੀ ਕਾਨੂੰਨ ਰੱਦ ਕਰਾਉਣ ਦੀ ਬਿਲਕੁਲ ਸਾਡੀ ਪਹਿਲੀ ਜਿਹੜੀ ਮੰਗ ਹੈ ਉਹੀ ਹੈ ਕਿ ਤਿੰਨੋਂ ਜਿਹੜੇ ਕਾਲੇ ਕਾਨੂੰਨ ਨੇ ਰੱਦ ਕਰੋ ਤੇ ਦੂਜਾ MSP ਤੇ ਸਾਨੂੰ ਜਿਹੜਾ ਪੱਕਾ ਕਾਨੂੰਨ ਲਿਖਤੀ ਦੇ ਵਿੱਚ ਬਣਾ ਕੇ ਦਿਓ ਰੁਦੂ ਸਿੰਘ ਜੀ ਕੀ ਮੰਥਨ ਚੱਲਦਾ ਰਿਹਾ ਸਵੇਰ ਦਾ ਇੰਨਾ ਲੇਟ ਫੈਸਲਾ ਆਇਆ ਲੇਟ ਹੋਗਾ ਨਾ ਜਦੋਂ ਇੱਕ ਅਹਿਮ ਗੱਲ ਆ ਗਈ ਸੀ ਕੋਈ ਸਰਕਾਰ ਵੱਲੋਂ ਉੱਥੇ ਸਮਾਂ ਲੱਗਦਾ ਹੀ ਲੱਗਦਾ ਪਹਿਲਾਂ ਜਿੰਨੇ ਸਾਡੇ ਸੰਗਠਨ ਅਡੋਡੀ ਪੰਜਾਬ ਚੱਲਦੇ ਸੀ ਉਹਨੇ ਆਪਦੀਆਂ ਮੀਟਿੰਗਾਂ ਕਰੀਆਂ ਫਿਰ ਸਾਡੀ 32 ਕਿਸਾਨ ਜਥੇਬੰਦੀਆਂ ਮੀਟਿੰਗ ਥੋੜ੍ਹੀ ਲੇਟ ਚੱਲੀ ਪਹਿਲਾਂ ਪੁਲਿਸ ਨਾਲ ਉੱਧਰ ਮੀਟਿੰਗ ਚੱਲਦੀ ਇਸ ਕਰਕੇ ਲੇਟ ਹੋ ਗਈ ਫਿਰ ਸਾਡੀ ਸਾਰੀਆਂ ਜਥੇ ਮੀਟਿੰਗ ਚੱਲ ਗਈ ਸੀ ਅਖੀਰ ਤੇ ਜਾ ਕੇ ਸਾਡੀ ਸਰਵਸੰਮਤੀ ਹੋ ਗਈ ਵੀ ਜਿਹੜਾ ਸਰਕਾਰ ਨੇ ਪ੍ਰਸਤਾਵ ਸਾਨੂੰ ਦਿੱਤਾ ਹੈਗਾ ਉਹ ਅਸੀਂ ਨਹੀਂ ਮੰਨਾਂਗੇ ਤਿੰਨੇ ਨੂੰ ਰੱਦ ਕਰੋ ਤੇ ਸਰਕਾਰੀ ਖੀਰ ਚਾਲੂ ਕਰੋ ਉਸੇ ਤੇ ਗੱਲ ਹੋ ਉਹਨੂੰ ਰੱਦ ਕਰ ਦਿੱਤਾ ਗਿਆ ਪ੍ਰਸਤਾਵ ਨੂੰ ਹਾਂ ਰੱਦ ਕਰਤਾ ਬਿਲਕੁਲ ਸਰਵਸੰਮਤੀ ਨਾਲ ਰੱਦ ਕਰਤਾ ਚੱਲ ਵੀ ਹੋ ਸਕਦੀ ਕਿਉਂਕਿ ਚਰਚਾ ਇਹ ਵੀ ਚੱਲ ਰਹੀ ਸੀ ਵੀ ਸਰਕਾਰ ਨੇ ਪੈਂਤੜਾ ਖੇਲਿਆ ਅੰਦੋਲਨ ਨੂੰ ਪਾੜਨ ਦਾ ਅੰਦੋਲਨ ਨੂੰ ਖਤਮ ਕਰਨ ਦਾ ਸਰਕਾਰ ਕੋਈ ਪਹਿਲੀ ਵਾਰ ਪੈਂਤੜਾ ਖੇਡਦੀ ਹੈ ਸਰਕਾਰ ਤਾਂ ਜਿੱਦੇ ਦੇ ਸੀ ਤਾਂ ਉਹਦੇ ਦੀ ਪੈਂਤੜੇ ਖੇਡਦੀ ਉਹ ਜਨਸੀਆਂ ਪੈਂਤੜੇ ਖੇਡਦੀਆਂ ਇਹ ਤਾਂ ਉਹਦੇ ਦੀ ਖੇਡੀਆਂ ਜਾਂ ਕੁਝ ਇਹਨਾਂ ਦੇ ਪੈਂਤੜਾ ਨੂੰ ਅਸੀਂ ਨਹੀਂ ਦਬਾ ਲਈਏ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰਨਾ ਉਹਦੀ ਕੀ ਹੁਣ ਪਲੈਨਿੰਗ ਹੋ ਰਹੀ ਹੈ ਉਹਦੀ ਪਲੈਨਿੰਗ ਇਹੀ ਹੈ ਹਜੇ ਪੁਲਿਸ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਕੋਈ ਦੱਸਿਆ ਨਹੀਂ ਕੱਲ ਨੂੰ ਮੈਨੂੰ ਸ਼ਾਇਦ ਫੇਰ ਮੀਟਿੰਗ ਹੋਵੇ ਉਹ ਜਦੋਂ ਪੁਲਿਸ ਨੇ ਦੱਸਣਾ ਵੀ ਤੁਹਾਨੂੰ ਰਾਹ ਦਿੰਨੇ ਗਿਆ ਹਾਂ ਤੇ ਅਸੀਂ ਜਿਹੜਾ ਰਿੰਗ ਮਿੰਨੀ ਨਗਰ ਰਿੰਗ ਮੋੜ ਮੰਗਿਆ ਅਸੀਂ ਚਾਹਾਂਗੇ ਉਹੀ ਲਵਾਂਗੇ ਕੋਈ ਰਿੰਗ ਰੋਡ ਤੇ ਪੁਲਿਸ ਕਹਿ ਰਹੀ ਉੱਥੇ ਟ੍ਰੈਫਿਕ ਜ਼ਿਆਦਾ ਉੱਥੇ ਨਹੀਂ ਇਜਾਜ਼ਤ ਮਿਲ ਸਕਦੀ ਕਿਤਨ ਬੰਦ ਹੋ ਜੂ ਟ੍ਰੈਫਿਕ ਕਿਉਂ ਹੁੰਦਾਗਾ ਵੱਡੇ ਵੱਡੇ ਚੀਜ਼ਾਂ ਪ੍ਰਧਾਨ ਮੰਤਰੀ ਨਾਲ ਨਗਦਾ ਹੁੰਦਾ ਵੱਡੇ ਲੀਡਰ ਨਗਦਾ ਸਾਰੀਆਂ ਚੜਕਾਂ ਬੰਦ ਕਰ ਦਿੰਦੇ ਨੇ ਜੇ ਇੱਕ ਦਿਨ ਕਿਸਾਨ ਆਪਦੀ ਪਰੇਡ ਕਰਨਗੇ ਤਾਂ ਉੱਥੋਂ ਬੰਦ ਨਹੀਂ ਕਰਦੇ ਕਰ ਦੂ ਪਰੇਸ਼ਾਨੀ ਸਾਰਾ ਕੁਝ ਬੰਦ ਕਰ ਦੂ ਨਹੀਂ ਟਰੈਕਟਰ ਮਾਰਚ ਹੋਏਗਾ ਪੱਕਾ ਤੈਅ ਇਹ ਤਾਂ ਟਰੈਕਟਰ ਮਾਰਚ ਨਹੀਂ ਹੋਊਗਾ ਪਰੇਡ ਹੋਊਗੀ ਟਰੈਕਟਰ ਮਾਰਚ ਹੋਰ ਚੀਜ਼ ਹੁੰਦੀ ਹੈ ਇੱਕ ਪਰੇਡ ਕਰਨ ਜਾ ਰਹੇ ਹੈਗੇ ਜਿਵੇਂ ਇੱਕ ਵਧੀਆ ਦਿਨ ਹੈ ਸਾਡਾ ਸਾਲ ਦਾ ਮਨਾਉਣਾ ਸਾਡਾ ਸਾਰਾ ਫਰਜ਼ ਬਣ ਸਾਂਝਾ ਉਹ ਕਹੋ ਕਰਨ ਜਾ ਰਹੇ ਆ ਕੱਲ ਨੂੰ 11ਵੀਂ ਮੀਟਿੰਗ ਹੋਣ ਜਾ ਰਹੀ ਆ ਹੁਣ ਫਿਰ ਉਹੀ ਸਟੈਂਡ ਰਹੇਗਾ ਸਪਸ਼ਟ ਕਿਉਂਕਿ ਸਰਕਾਰ ਨੇ ਗੇਂਦ ਜਥੇਬੰਦੀ ਦੇ ਪਾਲੇ ਪਾਸੇ ਮੈਂ ਕੱਲ ਹੀ ਦੱਸੇ ਸੀ ਹੱਥ ਨੇ ਵੀ ਸਾਡਾ ਸਟੈਂਡ ਉਹੀ ਰਹੂਗਾ ਕੱਲ ਦੀਆਂ ਵੀਡੀਓ ਮੇਰੀਆਂ ਕਢਾ ਲਓ ਵੀ ਸਾਡਾ ਸਟੈਂਡ ਉਹੀ ਰਹਿਣਾ ਹੈਗਾ ਸਾਰਿਆਂ ਦਾ ਕਿ ਲੀਡਰ ਸੀ ਕਿਹਾ ਇਹਦੀ ਵੀ ਅਸੀਂ ਵਿਚਾਰ ਲਾਂਗੇ ਪਰ ਅਸੀਂ ਪਹਿਲਾਂ ਵਾਲੇ ਸਟੈਂਡ ਦਾ ਬੈਲੈਂਸ ਹੋ ਕੇ ਕਾਇਮ ਬਸ ਧੰਨਵਾਦ ਇਹ ਸਨ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਥੇਬੰਦੀਆਂ ਸਟੈਂਡ ਪਹਿਲਾਂ ਹੀ ਸਪਸ਼ਟ ਸੀ ਕਾਨੂੰਨ ਰੱਦ ਜਿਹੜੇ ਕਰਵਾਉਣੇ ਨੇ ਪਹਿਲਾਂ ਹੀ ਸਟੈਂਡ ਸਪਸ਼ਟ ਇਹਨਾਂ ਨੇ ਕਰ ਦਿੱਤਾ ਕੱਲ੍ਹ ਨੂੰ ਮੀਟਿੰਗ ਦੇ ਵਿੱਚ ਵੀ ਉਹੀ ਸਟੈਂਡ ਰਹੇਗਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਪੈਂਤੜਾ ਖੇਲਿਆ ਗਿਆ ਸੀ ਅੰਦੋਲਨ ਨੂੰ ਖਤਮ ਕਰਨ ਦੇ ਲਈ ਅੰਦੋਲਨ ਨੂੰ ਜਿਹੜਾ ਖਤਮ ਕਰਨ ਦੇ ਲਈ ਪਰ ਜਥੇਬੰਦੀਆਂ ਨੇ ਹੁਣ ਫੈਸਲਾ ਕਰ ਲਿਆ ਕਿ ਸਰਕਾਰ ਦਾ ਪ੍ਰਪੋਜ਼ਲ ਬਿਲਕੁਲ ਰੱਦ ਕਰ ਦਿੱਤਾ ਉਹੀ ਸਟੈਂਡ ਰਹੇਗਾ ਕੱਲ੍ਹ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਆ ਫਿਰ ਸਰਕਾਰ
बेखबर होंगे, दंगे होंगे ने, बलात्कार होंगे ने, स्कैंडल होंगे ने, लोकतंत्र विलकण लगता है। चलंत मुद्दों की तह तक जाया करांगे, सुत्तियां नू जगाया करांगे, झूठियां नू भजाया करांगे। वेखो साडा खास प्रोग्राम चर्चा गली गली हर बुधवार तो शनिवार शाम 7:30 बजे ईटी तुहाडे अपने ग्लोबल पंजाब टीवी ते। हुण तुसी देख सकते हो ग्लोबल पंजाब टीवी नू, डाउनलोड करो साडी ऐप एंड्रॉयड जा iOS ते फ्री विच, रोकू अते Amazon Fire TV ते जा Apple TV ते। नाल ही देख सकते हो लाइव स्ट्रीमिंग www.globalpunjabtv.com ते।